ਹੁਣ ਹੈ ਐਸੀਟੋਨ ਹੈ, ਤੁਸੀਂ ਮੈਡੀਕਲ ਤੇ ਜਾਓਗੇ ਤੁਹਾਨੂੰ 100 ਰੁਪਏ ਦਾ ਮਿਲਣਾ ਐਸੀਟੋਨ। ਹਾਈਡਰੋਜਨ ਹਾਈਡਰੋਜਨ ਤੁਹਾਨੂੰ ਮੈਡੀਕਲ ਤੋਂ ਘੱਟੋ ਘੱਟ 100 ਰੁਪਏ ਦਾ ਮਿਲੇਗਾ। ਮੈਂ ਤੁਹਾਨੂੰ ਕਿੰਨੇ ਦਾ ਦੇਣਾ? 10 ਰੁਪਏ ਦਾ। 100 ਰੁਪਏ ਵਾਲਾ? 10 ਰੁਪਏ? 10 ਰੁਪਏ ਦਾ ਬੱਲੇ ਵੀਰੇ, ਓਰੀਜਨਲ ਓਰੀਜਨਲ ਹਾਈਡਰੋਜਨ ਹੈ। ਠੀਕ ਆ, ਸਿਰਫ ਇਹ ਆ ਚੀਜ਼ ਜਦੋਂ ਤੁਹਾਨੂੰ ਲੋੜ ਆ ਉਹਦਾ ਮੁੱਲ ਵੱਧ ਜਾਂਦਾ। ਚੱਕਦੇ ਆ ਹੁਣ ਇਹ ਦੇਖੋ, ਇਹ ਹੈਗੀ ਅਨੇਗਾ ਦੀ ਟਿਊਬ, ਇਹਨੂੰ ਕਹਿੰਦੇ ਕਲਰ ਟਿਊਬ, ਔਰ ਹਰਬਲ ਦੇ ਵਿੱਚ ਆਉਂਦੀ ਹੈ। ਓਕੇ ਵੀਰੇ, ਇਹ ਪ੍ਰੋਫੈਸ਼ਨਲ ਟਿਊਬ ਹੁੰਦੀ ਹੈ ਜਿੱਦਾਂ ਪਾਰਲਰ ਵਾਲੇ ਸਲੂਨ ਵਾਲੇ ਲਾਉਂਦੇ ਆ। ਓਕੇ ਵੀਰੇ, ਇਹਦੀ ਐਮ ਆਰ ਪੀ ਕਿੰਨੀ ਹੈ? 150 ਰੁਪਏ ਐਮ ਆਰ ਪੀ। ਹਾਂਜੀ ਵੀਰੇ। ਪੈਣੀ ਕਿੰਨੇ ਦੀ? 70 ਰੁਪਏ ਦੀ। ਓਕੇ ਵੀਰੇ, 140 ਰੁਪਏ ਦੀਆਂ 2 ਟਿਊਬਾਂ ਦਵਾਂਗਾ ਤੁਹਾਨੂੰ। ਠੀਕ ਹੈ ਵੀਰੇ, ਔਰ ਸ਼ੇਡ ਦੇਖੋ, ਤੁਹਾਨੂੰ ਹਰੇਕ ਸ਼ੇਡ ਮਿਲ ਜਾਏਗਾ। ਹੁਣ ਇਹ ਕਲਰ ਹੁੰਦਾ, ਇਹਦੇ ਵਿੱਚ ਕਲਰ ਕਲਰ ਟਿਊਬ, ਠੀਕ ਹੈ, ਡਿਵੈਲਪਰ, ਗਲਵਸ, ਬ੍ਰੱਸ਼, ਸਾਰਾ ਕੁਛ ਹੁੰਦਾ ਇਹਦੇ 'ਚ। ਮੈਡੀਕਲ ਤੋਂ ਜਾਓਗੇ ਤੁਹਾਨੂੰ 150 ਰੁਪਏ ਦਾ ਮਿਲਣਾ। ਮੈਂ ਤੁਹਾਨੂੰ ਕਿੰਨੇ ਦਾ ਦੇਣਾ? 60 ਰੁਪਏ ਦਾ ਸਿਰਫ। ਸਿਰਫ 60 ਰੁਪਏ। ਇਹ ਫੇਸ ਵਾਸ਼ ਵਗੈਰਾ ਹੈਗੇ ਸਾਰੇ? ਹਾਂਜੀ ਵੀਰੇ। ਤੁਸੀਂ ਮੈਡੀਕਲ ਤੇ ਜਾਓਗੇ 280 ਰੁਪਏ ਦਾ ਮਿਲੇਗਾ ਤੁਹਾਨੂੰ। 280 ਰੁਪਏ? ਹਾਂ, ਕਿਉਂਕਿ ਇਹ ਕੰਪਨੀ ਦਾ ਹੈ ਨਾ, ਕੰਪਨੀ ਦੀ ਚੀਜ਼ ਹੈ, ਔਰ ਬਬਲਸ ਵਾਲਾ ਫੇਸ ਵਾਸ਼ ਹੈ, ਔਰ ਅੱਧਾ ਕਿਲੋ ਫੇਸ ਵਾਸ਼ ਹੈ। ਤੁਹਾਨੂੰ ਕਿੰਨੇ ਦਾ ਪੈਣਾ? 80 ਰੁਪਏ ਦਾ। ਬ੍ਰੱਸ਼ ਲੱਗੇ ਆ, ਮੇਕਅਪ ਬ੍ਰੱਸ਼ ਜਿਹਨੂੰ ਕਹਿੰਦੇ ਆ, ਹਨਾ। ਤੁਹਾਨੂੰ ਕਿੱਟ ਕਿੰਨੇ ਦੀ ਪੈਣੀ? 40 ਰੁਪਏ ਦੀ। ਇੱਕ ਕਿੱਟ ਪੂਰੀ 40 ਰੁਪਏ ਦੀ। ਹਾਂ, ਤੁਸੀਂ 50 ਰੁਪਏ ਦਾ ਬ੍ਰੱਸ਼ ਵੇਚਣਾ ਸਿੰਗਲ, ਠੀਕ ਆ ਵੀਰੇ। ਤੁਸੀਂ ਇੱਕ ਬ੍ਰੱਸ਼ 50 ਦਾ ਵੇਚਣਾ, ਤੁਹਾਨੂੰ ਪੂਰੀ ਕਿੱਟ 40 ਰੁਪਏ ਦੀ। ਗੱਲ ਸਾਰੀ ਰੇਟਾਂ ਦੇ ਮੁੱਕਦੀ ਹੈ। ਹਜੇ ਤਾਂ ਤੁਹਾਨੂੰ ਇੱਕ ਦੋ ਖਾਨੇ 'ਚ 2-3 ਐਟਮਾਂ ਦਿਖਾਈਆਂ, ਹਾਂਜੀ ਹਾਂਜੀ। ਆਰ ਕੇ ਦੀ ਫੋਮ ਹੈ, ਇੱਕ ਦੇ ਉੱਤੇ ਦੇਖ ਲਓ 250 ਰੁਪਏ ਐਮ ਆਰ ਪੀ ਹੈ, ਦੂਜੇ ਪਾਸੇ, ਠੀਕ ਹੈ ਜੀ। ਇਹ ਦੇਖੋ 250 ਰੁਪਏ ਐਮ ਆਰ ਪੀ, ਫਰੈਸ਼ ਰੇਟ ਦਾ ਮਾਲ ਹੋਏਗਾ। ਤੁਹਾਨੂੰ ਪੈਣੀ 85 ਰੁਪਏ ਓਨਲੀ, 85 ਰੁਪਏ ਦੀ ਤੁਹਾਨੂੰ ਫੋਮ ਪੈਣੀ ਸਿਰਫ। ਮੈਂ ਕਿਹਾ ਮੰਗਲਵਾਰ ਪਰਮਾਤਮਾ ਦੀ ਮਿਹਰ ਨਾਲ ਇੰਨਾ ਰਸ਼ ਹੁੰਦਾ, ਖੋ ਖੋ ਕੇ ਮਾਲ ਲੈਂਦੇ ਆ। ਇਹ ਦੇਖੋ, ਇਹ ਪਾਊਡਰ ਹੁੰਦੇ ਆ ਨਾਈਆਂ ਦੇ, ਪਾਊਡਰ ਹੈ ਜੀ। ਇੱਕ ਪਾਊਡਰ ਦੇ ਉੱਤੇ ਐਮ ਆਰ ਪੀ ਹੈਗੀ 72 ਰੁਪਏ। ਓਕੇ ਬਾਈ, ਤੁਹਾਨੂੰ 20 ਰੁਪਏ ਦਾ ਦਵਾਂਗਾ। 72 ਵਾਲਾ 20 ਜੀ ਦੇ ਦਵਾਂਗਾ, 20 ਰੁਪਏ ਦਾ ਨਾਨੀ ਵਾਲੇ ਪਾਊਡਰ। ਲੇਡੀਜ਼ ਵੀ ਯੂਜ਼ ਕਰਦੀਆਂ ਜਿਨ੍ਹਾਂ ਨੇ ਵੈਕਸ ਕਰਨੀ ਹੈ, ਵੈਕਸ ਪਾਊਡਰ ਵੀ ਯੂਜ਼ ਹੁੰਦਾ। ਵਾਈਟ ਡਾਇਮੰਡ ਦਾ ਪਾਊਡਰ ਹੈ, ਫ੍ਰੈਗਨੈਂਸ ਹੈ, ਇੰਨੀ ਘੈਂਟ ਹੈ। ਪੈਣਾ ਕਿੰਨੇ ਦਾ? 40 ਰੁਪਏ ਦਾ। ਬੈਜੇ ਕਿੰਨੇ ਦਾ ਹੈ? ਉਦਾਂ ਦੇਖ ਲਓ, ਰੱਬ ਤੁਹਾਡਾ ਭਲਾ ਕਰੇ, 125 ਰੁਪਏ ਐਮ ਆਰ ਪੀ। 40 ਜੀ ਦੇ ਦੂੰਗੇ, 40 ਰੁਪਏ ਦਾ ਸਿਰਫ ਰਾਜ ਦਾ ਟਾਈਮ। ਮੈਂ ਦੇਖੋ, ਬਾਇਓ ਦੀ ਬਲੀਚ ਹੈ। ਹਾਂਜੀ ਵੀਰੇ, ਐਮ ਆਰ ਪੀ ਕਿੰਨੀ ਹੈ? 360 ਰੁਪਏ ਐਮ ਆਰ ਪੀ ਹੈ, ਫਰੈਸ਼ ਰੇਟ ਦਾ ਮਾਲ ਹੋਏਗਾ। ਕਿੰਨੇ ਦੀ ਪੈਣੀ ਬਲੀਚ? 50 ਰੁਪਏ ਦੀ। 360 ਵਾਲੀ? 360 ਵਾਲੀ 50 ਰੁਪਏ ਦੀ, ਠੀਕ ਹੈ ਜੀ। ਆਹ ਦੇਖੋ, ਬੇਬੀ ਆਈਟਮ ਵੀ ਹੁੰਦੀ ਆਪਣੇ ਕੋਲ। ਆਹ ਬੋਨੀ ਦੀ ਬੋਟਲ ਹੈ ਜੀ, ਹਾਂਜੀ, ਬੱਚਿਆਂ ਲਈ, ਚੁੰਗਣੀਆਂ ਕਹਿ ਦਿੰਦੇ ਹਾਂ, ਦੁੱਧ ਪੀਂਦੇ ਬੱਚੇ ਇਹਦੇ 'ਚ। ਹਾਂਜੀ, 55 ਰੁਪਏ ਐਮ ਆਰ ਪੀ ਹੈ, ਠੀਕ ਹੈ ਜੀ। ਹਾਂਜੀ ਵੀਰੇ, ਪੈਣੀ ਕਿੰਨੇ ਦੀ ਹੈ? 18 ਰੁਪਏ ਦੀ। 55 ਵਾਲੀ 18 ਦੀ ਦੇ ਦਿਓ, 18 ਰੁਪਏ ਦੀ। ਡੰਮੀਆਂ ਮਿਲ ਜਾਣਗੀਆਂ ਤੁਹਾਨੂੰ ਇਦਾਂ, ਕਿੰਨੇ ਦੀ? ਡੰਮੀ 400 ਰੁਪਏ ਤੋਂ ਸਟਾਰਟ ਹੋ ਜਾਂਦੀ ਸਾਡੇ ਕੋਲ, ਮਹਿੰਗੀ ਜਿੰਨੀ ਮਰਜ਼ੀ ਲੈ ਲਓ। ਇਹ ਸਾਰੇ ਟ੍ਰਿਮਰ ਲੱਗੇ ਉੱਪਰ,
ਆ ਮਸ਼ੀਨਾਂ ਲੱਗੀਆਂ ਹੁੰਦੇ ਭਰਾ ਮਸ਼ੀਨਾਂ 240 ਰੁਪਏ ਦੀ ਮਸ਼ੀਨ ਦੇ 240 ਰੁਪਏ ਸ਼ੁਰੂ ਹੋ ਜਾਂਦੀ ਨੋਵਾ ਦੀ ਮਸ਼ੀਨ ਵਧੀਆ ਹੁੰਦੀ ਹੈ ਨਾਲੇ ਤੇ ਵੱਖ ਵੱਖ ਕੰਪਨੀਆਂ ਦੇ ਘਾਦੇ ਵੀਰੇ ਇਹ ਦੇਖੋ ਭਾਜੀ HTC ਦਾ ਟ੍ਰਿਮਰ ਹੋਏਗਾ HTC ਦੀ ਹਾਂ 240 ਰੁਪਏ ਵਧੀਆ ਕੰਪਨੀ ਹੈ ਨਾ ਇਹ ਵਧੀਆ ਕੰਪਨੀ 240 ਦੇ ਦੋ ਹਾਂ 240 ਰੁਪਏ ਦਾ ਟ੍ਰਿਮਰ ਇਹ ਕਾਟਨ ਬੋਲਸ ਆ ਗਈਆਂ ਇਹਦੇ ਵਿੱਚ 50 ਪੀਸ ਨੇ 50 ਪੀਸ ਬਜ਼ਾਰੋਂ ਤੁਹਾਨੂੰ 50 ਰੁਪਏ ਦਾ ਹੀ ਮਿਲਣਾ ਓਕੇ ਮੈਂ ਤੁਹਾਨੂੰ ਕਿੰਨੇ ਦਾ ਦੇਣਾ 17 ਰੁਪਏ ਦਾ 50 ਵਾਲਾ 17 ਜਦੋਂ 50 ਵਾਲਾ 17 ਰੁਪਏ ਦਾ ਲੋਕਾਂ ਦੇਖੋ ਇਹ ਨੈਕ ਰੋਲ ਆ ਗਈ ਹਾਂਜੀ ਵੀਰੇ ਇਹ ਨੈਕ ਰੋਲ ਤੁਹਾਨੂੰ ਜਿੱਥੇ ਮਰਜ਼ੀ ਚਲ ਜਾਓ 200 ਤੋਂ ਘੱਟ ਨਹੀਂ ਮਿਲਣਾ ਓਕੇ ਵੀਰੇ ਮੈਂ ਤੁਹਾਨੂੰ ਹੋਲਸੇਲ ਕਹਿ ਰਿਹਾ ਹੋਲਸੇਲ ਦੁਕਾਨ ਤੇ ਜਾਊਂਗਾ ਨਾ ਤੁਹਾਨੂੰ 200 ਰੁਪਏ ਦਾ ਨੈਕ ਰੋਲ ਦੇਣਾ ਓਕੇ ਵੀਰੇ ਮੈਂ ਤੁਹਾਨੂੰ ਦੇਣਾ 130 ਰੁਪਏ ਦਾ ਅੱਛਾ 200 ਵਾਲਾ 130 ਦੇ ਦੇਣਾ 130 ਰੁਪਏ ਦਾ ਦਵਾਂਗਾ ਇੱਕ ਗੱਲ ਹੋਰ ਹੈ ਬਹੁਤ ਲੋਕ ਪੁੱਛਦੇ ਨੇ ਵੀ ਸਿੰਗਲ ਪੀਸ ਦੇ ਦੇਵਾਂਗੇ ਬਾਈਕਾਂ ਨੂੰ ਦੁਕਾਨ ਤੇ ਆ ਜਾਓ ਸਿੰਗਲ ਪੀਸ ਵੀ ਲੈ ਜਾਓ ਦੁਕਾਨ ਤੇ ਆ ਕੇ ਲੈ ਕੇ ਜਾ ਸਕਦੇ ਹੋ ਜੇ ਤੁਸੀਂ ਕਹੋ ਸਿੰਗਲ ਪੀਸ ਦਾ ਮੈਂ ਪਾਰਸਲ ਬਣਾ ਦਾਂਗਾ ਉਹ ਨਹੀਂ ਮੈਂ ਬਣਾ ਸਕਦਾ ਦੁਕਾਨ ਤੇ ਆ ਕੇ ਤੁਹਾਨੂੰ ਸਿੰਗਲ ਪੀਸ ਮਿਲ ਜਾਊਗਾ ਆ ਘਰਾਂ ਵਗੈਰਾ ਆਪਾਂ ਇਹ ਲਾਣੇ ਆ ਨਾ ਵਾਸ਼ਰੂਮ ਵਗੈਰਾ 'ਚ ਗੁੱਡ ਹੋਮ ਤੁਸੀਂ 55 ਰੁਪਏ ਦੀ ਡੱਬੀ ਇੱਕ ਪੀਸ ਮਿਲਣਾ ਤੁਹਾਨੂੰ ਹਾਂਜੀ ਇਹਦੇ ਵਿੱਚ ਹੈਗੀਆਂ ਨੇ 3 ਪੀਸ ਅੱਛਾ 55 ਦਾ ਨਹੀਂ ਇੱਕ ਮਿਲਦਾ ਹਨਾ ਤੁਹਾਨੂੰ ਬਾਜ਼ਾਰੋਂ ਇਹ ਦੇਖੋ 55 ਰੁਪਏ ਦੀ ਇੱਕ ਡੱਬੀ ਮਿਲਣੀ ਹੈ ਹਾਂਜੀ ਵੀਰੇ ਤੇ ਤੁਹਾਨੂੰ 75 ਰੁਪਏ ਦੀਆਂ 3 ਮਿਲਣਗੀਆਂ 70 'ਚ ਤੁਹਾਨੂੰ ਹੀ ਦੇ ਦੋਗੇ ਹਾਂ ਹਾਂਜੀ 1 ਲੀਟਰ ਦਾ ਰੋਜ਼ ਵਾਟਰ ਹੈ ਹਾਂਜੀ ਬਾਈ ਤੁਹਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ 1 ਲੀਟਰ ਰੋਜ਼ ਵਾਟਰ 1 ਲੀਟਰ ਰੋਜ਼ ਵਾਟਰ 20 ਰੁਪਏ ਦਾ ਇਹ ਦੇਖੋ ਡਰਾਇਰ ਦਿਖਾਣੇ ਤੁਹਾਨੂੰ ਇਹ ਆਫਟਰ ਸ਼ੇਵਿੰਗ ਲੋਸ਼ਨ ਹੈ ਇਹ ਵੀ ਤੁਸੀਂ 60-70 ਰੁਪਏ ਦਾ ਲੈਣੇ ਹੋ 1 ਲੀਟਰ ਹਾਂਜੀ ਤੁਹਾਨੂੰ ਦਵਾਂਗਾ 38 ਰੁਪਏ ਦਾ ਬੱਲੇ ਇਹ ਦੇਖ ਆ 3 ਪਾਊਡਰ ਨੇ ਹਾਂਜੀ ਵੀਰੇ ਬਾਇਓ ਫ੍ਰੈਸ਼ ਦਾ ਪਾਊਡਰ ਹੈ ਕੰਪਨੀ ਦਾ ਪਾਊਡਰ ਹੈ ਹਾਂਜੀ ਵੀਰੇ ਇੱਕ ਦੇ ਉੱਤੇ 60 ਰੁਪਏ MRP ਹੈ ਓਕੇ ਵੀਰੇ ਫ੍ਰੈਸ਼ ਰੇਟ ਦਾ ਮਾਲ ਹੋਏਗਾ ਹਾਂਜੀ ਤੁਹਾਨੂੰ ਮੈਂ 60 ਰੁਪਏ 3 ਪੀਸ ਦਵਾਂਗਾ ਓਕੇ ਸਰ 60 ਚ ਤਾਂ ਨਹੀਂ ਦੇ ਦੋਗੇ ਆ ਡਰਾਇਰਾ ਵੀ ਬੰਨਣ ਪਾਈ ਹੁਣ ਇਹ ਦੇਖੋ ਇਹ ਟਿਸ਼ੂ ਹੈਗੇ ਆ ਫੇਸ਼ੀਅਲ ਟਿਸ਼ੂ ਹੈ ਇੱਕ ਟਿਸ਼ੂ ਨਾਲ ਤੁਸੀਂ ਫੇਸ਼ੀਅਲ ਕਰ ਦੋਗੇ 100 ਪੀਸ ਦਾ ਪੈਕਟ ਹੈ ਓਕੇ ਵੀਰੇ ਤੁਹਾਨੂੰ ਕਿੰਨੇ ਦਾ ਪੈਣਾ 25 ਰੁਪਏ ਦਾ ਪੈਕਟ ਸਾਰਾ ਪੈਕਟ 25 ਦਾ ਸਿਰ 25 ਰੁਪਏ ਦਾ ਪੈਕਟ ਫੇਸ਼ੀਅਲ ਟਿਸ਼ੂ ਤੁਸੀਂ ਵੈਕਸ ਪੱਟੀ ਬਾਜ਼ਾਰੋਂ 100 ਰੁਪਏ ਦੀ ਲੈਣੇ ਹੋ ਹਾਂਜੀ ਹੋਲਸੇਲ ਕਹਿ ਕੇ ਅਗਲਾ 100 ਰੁਪਏ ਹੀ ਦਿੰਦਾ ਤੁਹਾਨੂੰ ਠੀਕ ਹੈ ਜੀ ਮੋਟੀ ਪੱਟੀ ਹੋਏਗੀ ਪੱਟੀ ਜੇ ਮੈਂ ਕੱਢ ਕੇ ਦਿਖਾਵਾਂ ਦੇਖੋ ਹਾਂਜੀ ਤੁਸੀਂ ਬਹੁਤ ਦੂਰੇ ਹੀ ਪਤਾ ਲੱਗਦਾ ਹਾਂ ਸਾਡੀ ਆਪਣੀ ਬੰਦੀ ਹੈ ਮੈਂ ਤੁਹਾਨੂੰ ਕਿੰਨੇ ਦੀ ਦੇਵਾਂਗਾ 35 ਰੁਪਏ ਦੀ ਓਕੇ ਵੀਰੇ 35 ਰੁਪਏ ਦੀ ਪੱਟੀ ਦੇਵਾਂਗਾ ਤੁਹਾਨੂੰ ਔਰ 150 ਰੁਪਏ MRP ਲਿਖਿਆ ਹੈ ਬਾਜ਼ਾਰੋਂ ਤੁਸੀਂ 100 ਰੁਪਏ ਦੀ ਲੈਣੇ ਹੋ ਤੁਹਾਨੂੰ ਸਿਰਫ 35 ਰੁਪਏ ਦੀ ਹੇਅਰ ਮੂਵਰ ਸਪਰੇ ਹੈ ਪਹਿਲਾਂ ਚਲਦੀਆਂ ਸੀ ਕਰੀਮਾਂ ਹਾਂਜੀ ਹੇਅਰ ਮੂਵਰ ਹੁਣ ਅੱਜ ਕੱਲ ਸਪਰੇ ਕਰ ਦਿੰਦੇ ਆ ਹਾਂਜੀ ਸਪਰੇ ਕਰੋ 5 ਮਿੰਟ ਰੱਖੋ ਹੇਅਰ ਮੂਵ ਹੋ ਜਾਣਗੇ ਉੱਪਰ ਕੱਪੜਾ ਮਾਰ ਦਿਓ ਓਕੇ ਵੀਰੇ MRP ਕਿੰਨੀ ਹੈ ਦੇਖੋ 699 ਰੁਪਏ ਓਕੇ ਵੀਰੇ ਪੈਣੀ ਕਿੰਨੇ ਦੀ 220 ਰੁਪਏ ਦੀ 699 ਵਾਲੀ 220 ਰੁਪਏ ਦੀ ਡਰਾਇਰ ਆ ਗਈ ਚੋਬਾ ਦੀ ਹਾਂਜੀ ਕਿੰਨੇ ਦੀ ਪੈਣੀ 200 ਰੁਪਏ ਸਿਰਫ ਸਿਰਫ 200 ਰੁਪਏ ਦੀ ਡਰਾਇਰ ਬਸੇ ਬਾਈ ਨਾਲੇ ਚੋਬਾ ਦੀ ਹੈ ਨਾਲੇ ਚੋਬਾ ਦੀ ਠੀਕ ਹੈ ਵੀਰੇ ਠੀਕ ਹੈ ਵੈਕਸ ਹੀਟਰ ਵੀ ਹੁੰਦੇ ਆ ਬਾਈ ਕੋਲ ਵੈਕਸ ਹੀਟਰ 100 ਰੁਪਏ ਦਾ ਸਿਰਫ ਉਹ ਉੱਪਰ ਧਾਂਗਾ ਲੱਗੀਆਂ ਮਾਲ ਦੀਆਂ ਸਾਰੇ ਮਾਲ ਗਲਵਜ਼ ਵਗੈਰਾ ਤੁਹਾਨੂੰ ਗਲਵਜ਼ 100 ਰੁਪਏ ਦੇ ਦਾਂਗੇ ਮਲਤਾਨੀ ਮਿੱਟੀ 10 ਰੁਪਏ ਦੇ ਦਾਂਗੇ ਔਰ ਉਹ ਸੰਧੂਰ ਲੱਗਾ ਉੱਤੇ 2 ਰੁਪਏ ਦਾ ਸੰਧੂਰ ਦੇ ਦਾਂਗੇ ਠੀਕ ਹੈ ਠੀਕ ਹੈ ਜੀ ਸਾਡੀ ਕੋਈ ਪਲੈਨਿੰਗ ਨਹੀਂ ਹੁੰਦੀ ਵੀ ਆਪਾਂ ਵੀਡੀਓ ਬਣਾਉਣ ਲੱਗੇ ਆ ਢੇਰ ਲਾ ਲਈਏ ਥੱਲੇ ਰੱਖ ਕੇ ਆਪਾਂ ਦਿਖਾਣਾ ਹੈ ਸਸਤੇ ਸਸਤੇ ਐਡ ਮੈਂ ਕੱਢ ਲਈਏ ਹਾਂ ਸਾਡਾ ਕੋਈ ਅੱਦਾ ਦਾ ਨਹੀਂ ਹੁਣ ਤੁਸੀਂ ਵੀ ਨੋਟ ਕੀਤਾ ਤੁਸੀਂ ਦੁਕਾਨ ਦੇ ਅੰਦਰ ਆਏ ਹੋ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਚੱਕ ਕੇ ਦਿਖਾਈ ਹੈ